ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਜਿੱਤਾਂ ਹਾਰਾਂ ਜ਼ਿੰਦਗੀ ਦੀ ਹਰੇਕ ਖੇਡ ਦਾ ਲਾਜ਼ਮੀ ਅੰਗ ਹਨ ਪਰ ਕੋਈ ਵੀ ਹਾਰ ਜਾਂ ਮੁਸੀਬਤ ਸਦੀਵੀ ਨਹੀਂ ਹੁੰਦੀ ਮੁਸੀਬਤ ਦੀ ਵੀ ਬਦਕਿਸਮਤੀ ਵਾਂਗ ਮਿਆਦ ਹੁੰਦੀ ਹੈ ਟਾਹੂ ਸੋਚ ਕਰਨ ਨਿੱਕੀ ਜੀ ਮੁਸੀਬਤ ਵੀ ਦੁੱਖ ਬਣ ਜਾਂਦੀ ਹੈ ਜੇ ਉਹ ਸਾਰੂ ਸੋਚਾਂ ਦੇ ਸੰਗ ਰਿਹਾ ਜਾਏ ਤਾਂ ਮੁਸੀਬਤ ਵੀ ਵਰਦਾਨ ਬਣ ਜਾਂਦੀ ਹੈ ਮਿਲਟਨ ਨੇ ਅੰਨੇਪਣ ਵਿੱਚ ਵੀ ਵਿਸ਼ਾਲ ਨਜ਼ਾਰੇ ਵੇਖੇ ਸਨ ਬੀਤਵਾਨ ਨੇ ਆਪਣੇ ਬੋਲੇਪਣ ਵਿੱਚ ਵੀ ਰੋਹਾਨੀ ਸੰਗੀਤ ਦੀਆਂ ਗੂੰਜਾਂ ਸੁਣੀਆਂ ਸਨ ਕਦੇ ਵੀ ਹੌਸਲਾ ਨਾ ਛੱਡੋ ਕਿਉਂਕਿ ਕਈ ਵਾਰ ਜੰਦਰਾ ਗੁੱਛੇ ਦੀ ਅਖੀਰਲੀ ਕੁੰਜੀ ਨਾਲ ਹੀ ਖੁੱਲਦਾ ਹੈ ਕਦਮ ਪਾਵੇਂ ਨਿੱਕਈ ਹੋਣ ਪਰ ਜੇ ਚੱਲਦੇ ਰਹਿਣ ਤਾਂ ਮਨੁੱਖ ਉਲਝਣਾਂ ਦੇ ਜੰਗਲ ਤੋਂ ਬਾਹਰ ਨਿਕਲ ਜਾਂਦਾ ਹੈ ਇੱਕੋ ਕਦਮ ਨਾਲ ਸਿਖਰ ਤੇ ਪਹੁੰਚ ਜਾਣ ਦੀ ਕਾਲ ਹਮੇਸ਼ਾ ਨਿਰਾਸ਼ਾ ਉਪਜਾਉਂਦੀ ਹੈ ਨਿਰਾਸ਼ਾ ਦੇ ਅਨੇਕਾਂ ਰੂਪ ਹਨ ਜਿਵੇਂ ਪਾਣੀਆਂ ਤੋਂ ਬਿਨਾ ਦਰਿਆ ਫਸਲਾਂ ਤੋਂ ਬਿਨਾ ਖੇਤ ਸਾਹਜ ਤੋਂ ਬਿਨਾ ਰਿਸ਼ਤੇ ਆਸ ਉਮੀਦ ਤੋਂ ਬਿਨਾ ਜੀਵਨ ਹਮਦਰਦੀ ਤੋਂ ਬਿਨਾ ਸੇਵਾ ਤੇ ਪਿਆਰ ਤੋਂ ਸਖਣੇ ਕਰ ਹਰੇਕ ਨਿਛ ਨਾਲ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹਰੇਕ ਬੋਲ ਬੁਲਾਰੇ ਨਾਲ ਵਕੀਲ ਕੋਲ ਭੱਜਣ ਦੀ ਜ਼ਰੂਰਤ ਨਹੀਂ ਪਰਿਵਾਰ ਦੀ ਇੱਕ ਮੁੱਠ ਸ਼ਕਤੀ ਨਾਲੋਂ ਕੋਈ ਮਜਬੂਤੀ ਵੱਡੀ ਨਹੀਂ ਹੁੰਦੀ ਵੱਡਿਆਂ ਦਾ ਹੁਕਮ ਮੰਨੋ ਛੋਟੇ ਤੁਹਾਡਾ ਹੁਕਮ ਮੰਨਣਗੇ ਜੇ ਕਾਰ 'ਚ ਹਰੇਕ ਸਵਾਰੀ ਦੇ ਅੱਗੇ ਹੈਂਡਲ ਹੋਵੇ ਤਾਂ ਮੰਨ ਲਓ ਕਿਉਂਕਿਵੇਂ ਚੱਲੇਗੀ ਤੇ ਕਿੱਥੇ ਪਹੁੰਚੇਗੀ ਸਬਰ ਧੀਰਜ ਖਿਮਾ ਤੇ ਕੁਰਬਾਨੀ ਬਿਨਾ ਪਰਿਵਾਰ ਸ਼ਕਤੀਸ਼ਾਲੀ ਨਹੀਂ ਬਣਦੇ ਸਮਾਜ ਦੇਸ਼ ਤੇ ਸੰਸਾਰ ਪਰਿਵਾਰ ਦਾ ਹੀ ਵਿਸਥਾਰ ਹੈ ਪਰਿਵਾਰ ਚ ਪਿਤਾ ਪਾਣੀਆਂ ਵਾਂਗ ਲੰਮੀ ਵਹਿਣਾ ਚ ਬੋਲਦਾ ਤੇ ਮਾਂ ਹਵਾ ਦੇ ਨਿੱਕੇ ਨਿੱਕੇ ਹਵਾਲਿਆਂ ਨਾਲ ਗੱਲ ਕਰਦੀ ਹੈ ਪਰਿਵਾਰਾਂ ਅੰਦਰ ਜਦੋਂ ਸਾੜੇ ਵਿਰੋਧ ਈਰਖਾ ਕਾਰਨ ਸੁੰਨ ਵਰਤ ਜਾਂਦੀ ਹੈ ਤਾਂ ਅਸੀਂ ਆਲੇ ਦੁਆਲੇ ਨੂੰ ਮਹਿੰਗੀਆਂ ਚੀਜ਼ਾਂ ਦੀ ਆਰਜ਼ੀ ਰੌਣਕ ਨਾਲ ਪਰੰਦਾ ਸਫਲ ਉਪਰਾਲਾ ਕਰਦੇ ਹਾਂ ਦੁਰਭਾਗ ਵਸ ਬੇਸਬਰ ਅਜੋਕਾ ਮਨੁੱਖ ਰੱਬ ਤੋਂ ਨਹੀਂ ਡਰਦਾ ਨਿੱਕੀਆਂ ਨਿੱਕੀਆਂ ਬਿਮਾਰੀਆਂ ਤੋਂ ਡਰਦਾ ਨਿਰਸੰਦੇਹ ਸਬਰ ਆਪਣੇ ਆਪ ਤੋਂ ਨੀਵਿਆਂ ਨੂੰ ਵੇਖੇ ਆਏਗਾ ਹਰੇਕ ਵਿਅਕਤੀ ਇੱਕੋ ਵੇਲੇ ਕਿਸੇ ਤੋਂ ਉੱਚਾ ਵੀ ਹੁੰਦਾ ਹੈ ਤੇ ਕਈਆਂ ਤੋਂ ਨੀਵਾਂ ਵੀ ਹੁੰਦਾ ਹੈ ਵਾਸਤਵ ਵਿੱਚ ਛੋਟੇ ਤੇ ਵੱਡੇ ਦਾ ਅੰਤਰ ਸਾਡੀ ਕਲਪਨਾ ਵਿੱਚ ਹੈ ਬੂੰਦ ਤੇ ਸਾਗਰ ਇੱਕ ਹੀ ਹਨ ਕੰਕਰ ਤੇ ਪਹਾੜ ਇੱਕ ਹੀ ਹਨ ਕਣੀ ਤੇ ਮੀਂਹ ਇੱਕ ਹੀ ਹਨ ਨਿਰਸੰਦੇਹ ਸਭ ਤੋਂ ਵੱਡਾ ਬੋਝ ਦੁੱਖ ਤੇ ਉਦਾਸੀ ਦਾ ਹੁੰਦਾ ਹੈ ਪਰ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਬੰਗਾਰ ਇਹ ਸਵੀਕਾਰ ਕਰਨ ਚ ਹੈ ਕਿ ਅਨਿਆਇ ਜੀਵਨ ਦਾ ਭਾਗ ਹੈ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਯਥਾਰਥ ਹੈ ਗਰੀਬੀ ਛੋਟੇ ਘਰ ਚ ਰਹਿਣ ਨੂੰ ਨਹੀਂ ਛੋਟੀ ਦੁਨੀਆ ਚ ਛੋਟੀਆਂ ਸੋਚਾਂ ਨਾਲ ਰਹਿਣ ਨੂੰ ਕਹਿੰਦੇ ਹਨ ਵੱਖਰੇਵਿਆਂ ਨੂੰ ਸਵੀਕਾਰ ਕਰਨ ਨਾਲ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ ਕੁਝ ਅਰਸਾ ਪਹਿਲਾਂ ਸੰਯੁਕਤ ਰਾਸ਼ਟਰ ਵੱਲੋਂ ਇੱਕ ਸਰਵੇਖਣ ਲਈ ਵੱਖਰੇ ਵੱਖਰੇ ਮਹਾਂਦੀਪਾਂ 'ਚ ਵਸਦੇ ਲੋਕਾਂ ਤੋਂ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਬਾਕੀ ਦੇ ਸੰਸਾਰ 'ਚ ਭੋਜਨ ਦੇ ਥੋੜ੍ਹ ਬਾਰੇ ਆਪਣਾ ਮਤ ਪ੍ਰਗਟਾਉਣ ਦੀ ਕਿਰਪਾ ਕਰੋਗੇ? ਅਫਰੀਕਾ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭੋਜਨ ਕੀ ਹੁੰਦਾ ਹੈ। ਪੱਛਮੀ ਯੂਰਪ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਥੋੜ੍ਹ ਕੀ ਹੁੰਦੀ ਹੈ। ਪੂਰਬੀ ਯੂਰਪ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਤ ਪ੍ਰਗਟਾਉਣਾ ਕੀ ਹੁੰਦਾ ਹੈ। ਏਸ਼ੀਆ ਚ ਲੋਕਾਂ ਨੇ ਕਿਹਾ ਕਿ ਕਿਰਪਾ ਕੀ ਹੁੰਦੀ ਹੈ ਅਮਰੀਕਾ ਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਬਾਕੀ ਦਾ ਸੰਸਾਰ ਕੀ ਹੁੰਦਾ ਹੈ ਹਰ ਵਰਤਾਰੇ ਸਬੰਧੀ ਹਰ ਮਹਾਦੀਪ ਦੀ ਸਥਿਤੀ ਵੱਖਰੀ ਹੈ ਵੱਖਰੇਵੇਂ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੇ ਹਨ ਤੇ ਵੱਖਰੇਵੇਂ ਆਕਾਰਨੀ ਪਰਿਵਰਤਨ ਵਾਪਰਦੇ ਹਨ ਲੋੜ ਇਸ ਗੱਲ ਦੀ ਹੈ ਕਿ ਪਰਿਵਰਤਨ ਵਾਪਰੇ ਜਿਨ੍ਹਾਂ ਸਮਾਜਾਂ ਤੇ ਦੇਸ਼ਾਂ ਚ ਪਰਿਵਰਤਨ ਵਾਪਰਦਾ ਹੈ ਉਹੀ ਵਿਕਾਸ ਕਰਦੇ ਹਨ ਉਹੀ ਖੁਸ਼ਹਾਲ ਹੁੰਦੇ ਹਨ ਜੇ ਮਨ ਖੁੱਲਿਆ ਖੁੱਲਾ ਰੱਖਿਆ ਜਾਏ ਤਾਂ ਕਈ ਵਾਰੀ ਪਰਿਵਰਤਨ ਕਰਾ ਮਾਤਵਾਂਗ ਵਾਪਰਦਾ ਹੈ ਮੇਰੀ ਇੱਕ ਜਮਾਤਣ ਸੀ ਜਿਹੜੀ ਪੜ੍ਹਾਈ ਮੁਕਾਉਂਦੀ ਐ ਇੱਕ ਵੱਡੀ ਕੰਪਨੀ ਚ ਬੜੀ ਚੰਗੀ ਤਨਖਾਹ ਤੇ ਲੱਗ ਗਈ ਸੀ ਪਰ ਉਸ ਬਾਰੇ ਇਹ ਗੱਲ ਬੜੀ ਅਜੀਬ ਸੀ ਕਿ ਉਹ ਕਦੇ ਖੁਸ਼ ਨਜ਼ਰ ਨਹੀਂ ਸੀ ਆਈ ਉਹਨੂੰ ਮਿਲ ਕੇ ਹਰ ਕੋਈ ਉਦਾਸ ਹੋ ਜਾਂਦਾ ਸੀ ਉਹ ਜਦੋਂ ਕਲਾਸ ਚ ਆਉਂਦੀ ਸੀ ਤਾਂ ਵਾਤਾਵਰਨ ਪੂਰਨ ਪੰਸੋਗੀ ਹੋ ਜਾਂਦਾ ਸੀ। ਉਹਦੀ ਸਨਕੀ ਬਿਰਤੀ ਤੇ ਸੋਗੀ ਦ੍ਰਿਸ਼ਟੀ ਗਿੱਦੇ ਨੂੰ ਸਿਆਪਾ ਬਣਾ ਦਿੰਦੀ ਸੀ। ਲੱਗਦਾ ਸੀ ਉਸ ਕੋਲ ਪ੍ਰਸੰਨ ਕਰਨ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਤੇ ਇਕਲੌਤੀ ਸੰਤਾਨ ਵਾਂਗ ਉਸ ਵਿੱਚ ਬਚਪਨ ਵਿੱਚ ਹੀ ਹਰ ਇੱਕ ਚੀਜ਼ ਬਾਰੇ ਸ਼ਿਕਾਇਤਾਂ ਲਾਉਣ ਤੇ ਨੁਕਸ ਕੱਢਣ ਦੀ ਆਦਤ ਪੈ ਗਈ ਸੀ। ਕੋਈ ਉਹਦੇ ਘਰ ਨਹੀਂ ਸੀ ਜਾਂਦਾ। ਨਹੀਂ ਕੋਈ ਉਹਨੂੰ ਆਪਣੇ ਘਰ ਬੁਲਾਉਂਦਾ ਸੀ ਸੋ ਦੀ ਦ੍ਰਿਸ਼ਟੀ ਹੋਰ ਸੁੰਗੜਦੀ ਗਈ ਸਮਝੌਤੇ ਦੀ ਬਿਰਤੀ ਤੋਂ ਬਿਨਾ ਵਿਆਹ ਸੰਭਵ ਨਹੀਂ ਹੁੰਦਾ ਸੋ ਇਕੱਲੀ ਰਹਿੰਦੀ ਸੀ ਇੱਕ ਵਾਰੀ ਮੈਂ ਉਹਦੇ ਵੱਡੇ ਸ਼ਹਿਰ ਗਿਆ ਜਿੱਥੇ ਮੈਂ ਕਾਰਨ ਇੱਕ ਵੱਡੀ ਦੁਕਾਨ ਦੇ ਬਾਹਰ ਖਲੋਤਾ ਸਾਂ ਤੇ ਮੈਂ ਬੰਦ ਹੋਣ ਦੀ ਉਡੀਕ ਕਰ ਰਿਹਾ ਸਾਂ ਪਤਾ ਨਹੀਂ ਕਿਵੇਂ ਤੇ ਕਿੱਥੋਂ ਜਮਾਤਣ ਆ ਗਈ ਉਹਨੂੰ ਵੇਖਦੇ ਹੀ ਮੇਰਾ ਪਹਿਲਾ ਯਤਨ ਉਥੋਂ ਭੱਜ ਜਾਣ ਦਾ ਸੀ ਕਿ ਕਿਉਂ ਨੇ ਢੈਂਦੀ ਕਲਾ ਦਾ ਦਾਜ ਵਿਖਾਉਣ ਲੱਗ ਪੈਣਾ ਸੀ ਪਰ ਮੈਂ ਦੌੜ ਨਾ ਸਕਿਆ ਉਹਨੇ ਪੁਰਾਣੇ ਰਿਸ਼ਤੇ ਦੇ ਦਾਵੇ ਤੇ ਦਾਈਏ ਨਾਲ ਮੇਰਾ ਹੱਥ ਫੜ ਲਿਆ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਉਹਨੂੰ ਖੁਸ਼ੀ ਨਾਲ ਖੇੜੀ ਹੋਈ ਵੇਖਿਆ ਮੈਂ ਕਿਹਾ ਇੱਕ ਕੰਮ ਆਇਆ ਸਾ ਕਹਿਣ ਲੱਗੀ ਕੰਮ ਫੇਰ ਕਰ ਲਈ ਆਹ ਰਲ ਕੇ ਖਾਣਾ ਖਾਈਏ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਇੰਜ ਲੱਗਿਆ ਜਿਵੇਂ ਕੋਈ ਮਲਬਾ ਮੁੜ ਮਹਿਲ ਬਣ ਗਿਆ ਹੋਵੇ ਉਹਦੇ ਚਿਹਰੇ ਤੇ ਖੁਸ਼ੀ ਵੇਖਣ ਦਾ ਇਹ ਮੇਰਾ ਪਹਿਲਾ ਤਜਰਬਾ ਸੀ ਮੈਂ ਕਿਹਾ ਮੀ ਪੈ ਰਿਆ ਕਹਿਣ ਲੱਗੀ ਕਿਸੇ ਦੁਕਾਨ ਤੋਂ ਛਤਰੀ ਖਰੀਦ ਲੈਣੇ ਆ ਮੈਂ ਕਿਹਾ ਇੱਥੇ ਕੋਈ ਟੈਕਸੀ ਨਹੀਂ ਕਹਿਣ ਲੱਗੀ ਤਾਂ ਕੀ ਹੋਇਆ ਪੈਦਲ ਚੱਲ ਪਾਵਾਂਗੇ ਮੈਂ ਹੈਰਾਨ ਸੀ ਕਿ ਇਸ ਸਦਾ ਸੋਗੀ ਜਮਾਤਣ ਵਿੱਚ ਇਹ ਪਰਿਵਰਤਨ ਕਿਵੇਂ ਆਪ ਰਿਹਾ ਮੈਂ ਪੁੱਛਿਆ ਤੂੰ ਇੰਨਾ ਬਦਲ ਕਿਵੇਂ ਗਈ ਤੇਰੀ ਜ਼ਿੰਦਗੀ 'ਚ ਇੰਨਾ ਜੋਸ਼ ਕਿਵੇਂ ਉੱਭਰ ਪਿਆ ਉਹਨੇ ਕਿਹਾ ਇੱਕ ਮੰਗ ਤੇ ਨੇ ਮੇਰੀ ਜ਼ਿੰਦਗੀ ਬਦਲ ਦਿੰਦੀ ਹੈ ਇੱਕ ਮੰਗਤੇ ਨੇ ਉਹਨੇ ਦੱਸਿਆ ਇੱਕ ਬੁੱਢਾ ਮੰਗਤਾ ਮੇਰੇ ਘਰ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ 5 ਸਾਲ ਦੀ ਆਪਣੀ ਦੋਤੀ ਨਾਲ ਰਹਿੰਦਾ ਸੀ ਮੈਂ ਆਪਣੀ ਬਚੀ ਹੋਈ ਦਾਲ ਰੋਟੀ ਉਹਨੂੰ ਦੇ ਦਿਆ ਕਰਦੀ ਸੀ ਮੈਂ ਉਸ ਨਾਲ ਕਦੇ ਗੱਲ ਨਹੀਂ ਸੀ ਕੀਤੀ ਮੌਨਸੂਨ ਦੇ ਆਰੰਭ ਚ ਇੱਕ ਦਿਨ ਸਵੇਰੇ ਜਦੋਂ ਮੈਂ ਆਪਣੇ ਸੌਣ ਵਾਲੇ ਕਮਰੇ ਦੀ ਬਾਰੀ ਚੋਂ ਵੇਖਿਆ ਤਾਂ ਪੈਂਦੇ ਮੀਂਹ ਨੂੰ ਕੋਸਣ ਲੱਗ ਪਈ ਮੈਂ ਮੀਂਹ 'ਚ ਭਜ ਨਹੀਂ ਸਾਂ ਰਹੀ ਪਰ ਫਿਰ ਵੀ ਮੀਂਹ ਨੂੰ ਕੋਸੀ ਜਾ ਰਹੀ ਸੀ ਉਸ ਤੋਂ ਪਹਿਲੀ ਰਾਤ ਦੇਰ ਨਾਲ ਘਰ ਪਹੁੰਚਣ ਕਰਕੇ ਰੋਜ਼ਵਾਂਗ ਮੈਮ ਉਹਨਾਂ ਮੰਗਦਿਆਂ ਨੂੰ ਖਾਣ ਪੀਣ ਵਾਲੀ ਕੋਈ ਚੀਜ਼ ਵੀ ਨਾ ਦੇ ਸਕੇ ਮੇਰਾ ਖਿਆਲ ਹੈ ਉਸ ਰਾਤ ਉਹ ਭੁੱਖੇ ਹੀ ਸੁੱਤੇ ਹੋਣਗੇ ਪਰ ਜੋ ਮੈਂ ਆਪਣੀ ਬਾਰੀ 'ਚੋਂ ਵੇਖਿਆ ਉਹ ਨੇ ਮੈਨੂੰ ਹੈਰਾਨ ਹੀ ਕਰ ਦਿੱਤਾ ਮੀ ਕਾਰਨ ਸੜਕ 'ਤੇ ਆਵਾਜਾਈ ਨਾ ਹੋਣ ਕਰਕੇ ਨਾਨਾ ਦੋਤੀ ਖਾਲੀ ਸੜਕ 'ਤੇ ਖੇਡ ਰਹੇ ਸਨ ਉਹ ਹੱਸ ਰਹੇ ਸਨ ਤਾੜੀਆਂ ਮਾਰ ਰਹੇ ਸਨ ਕਿਲਕਾਰੀਆਂ ਵਾਰ ਰਹੇ ਸਨ ਜਿਵੇਂ ਮੀ ਉਹਨਾਂ ਦੇ ਨੱਚਣ ਵਾਸਤੇ ਪੈ ਰਿਆ ਸੀ ਪੂਰੀ ਤਰ੍ਹਾਂ ਪਿੱਜੇ ਮਸਤੀ ਨਾਲ ਨੱਚਦੇ ਉਹ ਜ਼ਿੰਦਗੀ ਮਾਨ ਰਹੇ ਸਨ ਉਹਨਾਂ ਦੀ ਰੀਝ ਨਾਲ ਮੈਨੂੰ ਸਾੜਾ ਹੋ ਰਿਹਾ ਸੀ ਇਸ ਨਜ਼ਾਰੇ ਨੇ ਮੈਨੂੰ ਆਪਣੇ ਜੀਵਨ ਤੇ ਛਾਤ ਮਾਰਨ ਲਈ ਮਜਬੂਰ ਕੀਤਾ ਮੇਰੇ ਕੋਲ ਜੀਵਨ ਮਾਨਣ ਦੇ ਸਾਰੇ ਸੁੱਖ ਸਾਧਨ ਸਨ ਉਹਨਾਂ ਕੋਲ ਕੁਝ ਵੀ ਨਹੀਂ ਸੀ ਪਰ ਉਹਨਾਂ ਕੋਲ ਜੀਵਨ ਮਾਨਣ ਦੀ ਭਰਪੂਰ ਖੁਸ਼ੀ ਸੀ ਅਮਿਟਵਾਂ ਜੋਸ਼ ਸੀ ਤੇ ਦ੍ਰਿਸ਼ਟੀ 'ਚ ਖੁਸ਼ਹਾਲੀ ਸੀ ਮੈਨੂੰ ਆਪਣੇ ਆਪ ਤੇ ਸ਼ਰਮ ਆਈ ਮੌਸੇ ਵਿਲੇ ਪ੍ਰਾਣ ਲਿਆ ਕਿ ਅੱਜ ਤੋਂ ਮਗਰੋਂ ਮੇਰੀ ਜ਼ਿੰਦਗੀ ਨਵੇਂ ਰਾਹਾਂ ਤੇ ਨਵੇਂ ਦਿਸਹੱਦਿਆਂ ਵੱਲ ਖੁਸ਼ੀਆਂ ਮਾਣਦੀ ਖੁਸ਼ੀਆਂ ਮਣਨਦੀ ਚੱਲੇਗੀ ਇਸ ਮੰਗਤੇ ਨੂੰ ਮੈਂ ਜ਼ਿੰਦਗੀ ਜਿਉਣ ਦੀ ਜੱਜ ਦੇ ਪੱਖੋਂ ਆਪਣਾ ਹੀਰੋ ਮੰਨ ਲਿਆ ਹੁਣ ਮੈਨੂੰ ਹਰ ਚੀਜ਼ 'ਚੋਂ ਹਰ ਹਾਲਤ ਵਿੱਚੋਂ ਹਰ ਵਿਅਕਤੀ ਵਿੱਚੋਂ ਖੁਸ਼ੀ ਲੱਭਣ ਦਾ ਹੁਨਰ ਆ ਗਿਆ ਸੀ ਮੇਰਾ ਹੀਰੋ ਮੰਗਤਾ ਤਾਂ ਮਰ ਗਿਆ ਹੈ ਪਰ ਜ਼ਿੰਦਗੀ ਜੀਉਣ ਸੰਬੰਧੀ ਉਹਦਾ ਸਿੱਖਾਇਆ ਮੂਲ ਮੰਤਰ ਮੇਰੇ ਜੀਵਨ ਦੇ ਹਰ ਪਲ ਚ ਵਸਿਆ ਹੋਇਆ ਹੈ। ਉਹਦੀ ਦੋ ਤੀ ਨੂੰ ਮੈਂ ਇੱਕ ਸਕੂਲ ਚ ਦਾਖਲ ਕਰਵਾ ਦਿੱਤਾ ਹੈ। ਕੁਦਰਤ ਦੇ ਰੰਗ ਅਨੇਕ ਹਨ। ਉਹਦੇ ਢੰਗ ਨਿਆਰੇ ਹਨ। ਜੇ ਪਰਿਵਰਤਨ ਦੀ ਇੱਛਾ ਹੋਵੇ ਤਾਂ ਮੌਕੇ ਲੱਭਣੇ ਨਹੀਂ ਪੈਂਦੇ, ਆਪੇ ਲੱਭ ਪੈਂਦੇ ਹਨ। ਇੱਕ ਵਾਰੀ ਇੱਕ ਹਾਦਸੇ ਕਾਰਨ ਇੱਕ ਸਮੁੰਦਰੀ ਜਹਾਜ਼ ਦਾ ਸਾਰਾ ਆਮਲਾ ਜਹਾਜ਼ ਨਾਲ ਹੀ ਡੁੱਬ ਗਿਆ। ਕੇਵਲ ਇੱਕ ਵਿਅਕਤੀ ਤਰਕੇ ਇੱਕ ਬੇਆਬਾਦ ਛੋਟੇ ਜਿਹੇ ਟਾਪੂ ਦੇ ਕਿਨਾਰੇ ਲੱਗਾ। ਥਕਾਵਟ ਤੇ ਕੱਲਤਾ ਕਰਨੋਂ ਭੈ ਭੀਤ ਸੀ। ਭੈ ਭੀਤ ਤੇ ਬਿਲਕੁਲ ਇਕੱਲਾ ਵਿਅਕਤੀ ਅਸਮਾਨ ਵੱਲ ਵੇਖ ਕੇ ਰੱਬ ਨਾਲ ਸੰਬੰਧ ਜੋੜਨ ਦਾ ਯਤਨ ਕਰਦਾ ਹੈ। ਜਦੋਂ ਮਨੁੱਖ ਵੱਡੇ ਸੰਕਟ 'ਚ ਹੁੰਦਾ ਹੈ ਤਾਂ ਉਸ ਵਿੱਚ ਸੂਝ ਤੇ ਵਿਸ਼ਵਾਸ ਦੇ ਸੁੱਤੇ ਸਰੋਤ ਜਾਗ ਪੈਂਦੇ ਹਨ। ਉਹ ਰੱਬ ਤੋਂ ਮਦਦ ਮੰਗਦਾ ਰਿਹਾ। ਕਈ ਦਿਨ ਉਹ ਡਿੱਕਣ ਮਗਰੋਂ ਉਹਨੇ ਨੇੜੇ ਦੇ ਜੰਗਲ 'ਚੋਂ ਨਿਕ ਸੁੱਕ ਲਿਆ ਕੇ ਮੀ ਤੋਂ ਬਚਣ ਲਈ ਇੱਕ ਝੁੱਗੀ ਬਣਾਈ ਇੱਕ ਦਿਨ ਜਦੋਂ ਨਿੱਕਾ ਮोटा ਸਮਾਨ ਇਕੱਠਾ ਕਰਕੇ ਹਨੇਰਾ ਪੈਣ ਪੈਣ ਵੇਲੇ ਵਾਪਸ ਮੁੜਿਆ ਤਾਂ ਵੇਖਿਆ ਝੁੱਗੀ ਨੂੰ ਅੱਗ ਲੱਗੀ ਹੋਈ ਸੀ ਉਹਨੇ ਰੱਬ ਨੂੰ ਕੋਸਿਆ ਇਹ ਕੀ ਕੀਤਾ ਮੰਗੀ ਮਦਦ ਸੀ ਪਰ ਤੂੰ ਤਾਂ ਮੇਰੀ ਝੁੱਗੀ ਵੀ ਸਾੜ ਦਿੱਤੀ ਸਾਰੀ ਰਾਤ ਉਹ ਰੱਬ ਨੂੰ ਕੋਸਦਾ ਰਿਹਾ ਜਦੋਂ ਸਵੇਰ ਹੋਈ ਵੇਖਿਆ ਇੱਕ ਜਹਾਜ਼ ਉਸ ਵੱਲ ਆ ਰਿਹਾ ਸੀ ਇਹ ਜਹਾਜ਼ ਉਹਨੂੰ ਬਚਾਉਣ ਆਇਆ ਸੀ ਉਨੇ ਜਹਾਜ਼ ਵਾਲਿਆਂ ਨੂੰ ਪੁੱਛਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਇੱਥੇ ਆ ਉਹਨਾਂ ਨੇ ਕਿਹਾ ਅਸੀਂ ਅੱਗ ਵੇਖ ਲਈ ਸੀ ਅਸੀਂ ਸਮਝ ਗਏ ਸੀ ਕਿ ਮਦਦ ਦੀ ਫੌਰੀ ਲੋੜ ਹੈ ਜਿਹੜਾ ਸਾਰੀ ਰਾਤ ਰੱਬ ਨੂੰ ਕੋਸਦਾ ਰਿਹਾ ਸੀ ਉਹ ਇਬਾਦਤ 'ਚ ਗੋਡਿਆਂ ਤੇ ਝੁੱਕ ਗਿਆ ਉਸ ਦਿਨ ਉਹਨੂੰ ਗਿਆਨ ਹੋਇਆ ਕਿ ਜੇ ਰੱਬ ਸਾਡੀ ਮਦਦ ਨਹੀਂ ਕਰ ਰਿਹਾ ਤਾਂ ਕਾਰਨ ਹੀ ਹੈ ਕਿ ਜੇ ਮਦਦ ਕਰਨ ਦਾ ਵੇਲਾ ਨਹੀਂ ਆਇਆ ਸੁਣਨ ਵਾਲੇ ਕੰਨ ਚਾਹੀਦੇ ਹਨ ਉਹਦੀ ਚੁੱਪ ਵਿੱਚ ਵੀ ਸੁਨੇਹੇ ਹਨ ਜੇ ਥੱਲੇ ਹਿੰਮਤ ਹੋਵੇ ਤਾਂ ਉਪਰੋਂ ਰਹਿਮਤ ਹੋਣ 'ਚ ਦੇਰ ਨਹੀਂ ਲੱਗਦੀ ਨਿੱਕੀਆਂ ਨਿੱਕੀਆਂ ਕਣੀਆਂ ਦੇ ਮੇਂ ਵਿੱਚ ਵੀ ਵਿਸ਼ਾਲ ਧਰਤੀ ਨੂੰ ਹਰਾ-ਭਰਾ ਕਰਨ ਦੀ ਸਮਰੱਥਾ ਹੁੰਦੀ ਹੈ ਨਿੱਕੀਆਂ ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ ਧੰਨਵਾਦ